बिस्मिल्लाहिर्रहमानिर्रहीम, अस्सलाम वालेकुम जी ते व्यूअर्स। अज तुहाडी सब तो वड्डी मुश्किल हल होने वाली है कि जदों भी आपां घर विच केक बनाउंदे आ ते केक जिहड़ा वा बहुत ज़्यादा हैवी जिहा ते थोड़ा जिहा मूँह च चिपकन वाला बनता वा। तो अज जिहड़ा आपां केक की रैसपी बनावांगे इहदे नाल इस तरह का कोई भी केस नहीं होएगा। बहुत ही ज़बरदस्त जिहा स्पंजी ते जिहड़ा ना जालीदार केक अपना बन के तैयार होएगा, जिहड़ा बिल्कुल ही वेटलैस होएगा। क्योंकि तुसीं नोट कीता होएगा जदों तुसीं बाज़ार तों ਕੋਈ ਵੀ ਕੇਕ ਲੈ ਕੇ ਆਉਂਦੇ ਹੋ ਤਾਂ ਕੋਈ ਕੇਕ ਦੇ ਵਿੱਚ ਜਿਹੜਾ ਸਪੰਜ ਹੁੰਦਾ ਵਾ ਉਹ ਬਹੁਤ ਹੀ ਵੇਟਲੈਸ ਹੁੰਦਾ ਵਾ, ਬਾਕੀ ਵਜ਼ਨ ਜਿਹੜਾ ਹੁੰਦਾ ਉਹ ਸਾਰਾ ਕਰੀਮ ਵਗੈਰਾ ਦਾ ਹੁੰਦਾ ਵਾ। ਲੇਕਿਨ ਜਦੋਂ ਆਪਾਂ ਘਰ 'ਚ ਕੇਕ ਬਣਾਉਂਦੇ ਹਾਂ ਉਹ ਕੇਕ ਜਿਹੜਾ ਉਹ ਹੈਵੀ ਹੁੰਦਾ ਵਾ ਅਤੇ ਉਹ ਥੋੜ੍ਹਾ ਜਿਹਾ ਖਾ ਕੇ ਅਤੇ ਮਨ ਵੀ ਭਰ ਜਾਂਦਾ ਵਾ ਅਤੇ ਅਜੀਬ ਜਿਹਾ ਫੀਲ ਵੀ ਹੋਣ ਲੱਗ ਪੈਂਦਾ ਵਾ, ਜਿੰਨਾ ਮਰਜ਼ੀ ਟੇਸਟੀ ਬਣਿਆ ਹੋਵੇ। ਚਲੋ ਦੇਖਦੇ ਹਾਂ ਕਿ ਆਪਾਂ ਅੱਜ ਇਹਨੂੰ ਕਿਸ ਤਰੀਕੇ ਨਾਲ ਬਣਾਇਆ। ਬਹੁਤ ਹੀ ਆਸਾਨ ਜੀ ਰੈਸਪੀ ਹੈ ਅਤੇ ਬਹੁਤ ਹੀ ਮਜ਼ੇ ਦਾ ਕੇਕ ਬਣ ਕੇ ਤਿਆਰ ਹੋਣ ਵਾਲਾ ਵਾ। ਸਭ ਤੋਂ ਪਹਿਲੇ ਕੇਕ ਬਣਾਉਣ ਲੱਗਿਆਂ ਤੁਸੀਂ ਮੋਲਡ ਆਪਣਾ ਤਿਆਰ ਕਰਕੇ ਰੱਖ ਲੈਣਾ ਵਾ। ਮੋਲਡ ਮੇਰੇ ਕੋਲ ਹੈਗਾ ਲੇਕਿਨ ਮੈਂ ਤੁਹਾਨੂੰ ਘਰ ਦੇ ਆਮ ਬਰਤਨ ਵਿੱਚ ਬਣਾ ਕੇ ਦਿਖਾਵਾਂਗੀ ਤਾਂ ਕਿ ਤੁਹਾਨੂੰ ਵੀ ਆਸਾਨੀ ਹੋਵੇ। ਤੁਸੀਂ ਇਹ ਨਾ ਸੋਚੋ ਕਿ ਮੋਲਡ ਤੋਂ ਬਗੈਰ ਕੇਕ ਨਹੀਂ ਬਣੇਗਾ, ਅਤੇ ਬਟਰ ਪੇਪਰ ਤੋਂ ਬਗੈਰ ਵੀ ਕੰਮ ਚੱਲ ਜਾਏਗਾ। ਕਾਪੀ ਦਾ ਪੀਸ ਤੁਸੀਂ ਲੈਣਾ ਵਾ ਕਾਗਜ਼ ਦਾ, ਅਤੇ ਉਹਨੂੰ ਬਰਤਨ ਨੂੰ ਪਹਿਲੇ ਗਰੀਸ ਕਰ ਲੈਣਾ ਵਾ, ਉਹਦੇ ਵਿੱਚ ਪੀਸ ਲਾ ਕੇ ਕਾਗਜ਼ ਦਾ, ਅਤੇ ਉਹਦੇ ਉੱਪਰੋਂ ਦੁਬਾਰਾ ਉਹਨੂੰ ਘੀ ਲਾ ਦੇਣਾ ਵਾ, ਅਤੇ ਇਹ ਤੁਹਾਡਾ ਬਟਰ ਪੇਪਰ ਜਿਹੜਾ ਵਾ ਜ਼ਬਰਦਸਤ ਜਿਹਾ ਤਿਆਰ ਹੋ ਗਿਆ ਵਾ। ਇਸ ਤੋਂ ਬਾਅਦ ਦਾ ਅਮਲ ਜਿਹੜਾ ਆਪਾਂ ਕਰਨਾ ਵਾ, ਸਭ ਤੋਂ ਪਹਿਲੇ ਜਿਹੜਾ ਆਪਾਂ ਕੇਕ ਦੀ ਤਿਆਰੀ ਤੋਂ ਪਹਿਲੇ ਕਰਕੇ ਰੱਖਣਾ ਵਾ, ਜਿਹੜੇ ਵੀ ਬਰਤਨ 'ਚ ਤੁਸੀਂ ਪਤੀਲੇ 'ਚ ਕੜਾਹੀ 'ਚ ਜਿਹਦੇ ਵਿੱਚ ਵੀ ਕੇਕ ਬਣਾਉਣਾ ਵਾ ਉਹਨੂੰ ਤੁਸੀਂ ਪ੍ਰੀ ਹੀਟ ਹੋਣ ਲਈ ਰੱਖ ਦੇਣਾ ਵਾ। ਅਤੇ ਹੁਣ ਆਪਾਂ ਲਵਾਂਗੇ ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ ਦੋ ਅੰਡੇ ਲਵਾਂਗੇ। ਅੰਡੇ ਰੂਮ ਟੈਂਪਰੇਚਰ ਦੇ ਬਿਲਕੁਲ ਨਹੀਂਗੇ, ਅੰਡੇ ਤੁਹਾਡੇ ਠੰਡੇ ਹੋਣੇ ਚਾਹੀਦੇ ਆ। ਅਤੇ ਜੇ ਤੁਸੀਂ ਬਾਜ਼ਾਰੋਂ ਅੰਡੇ ਹੁਣੀ ਲੈ ਕੇ ਆਉਂਦੇ ਆ ਤਾਂ ਤੁਸੀਂ ਕੇਕ ਵੀ ਹੁਣੀ ਬਣਾਉਣਾ ਵਾ, ਤਾਂ ਤੁਸੀਂ ਇਹਨੂੰ 20 ਤੋਂ 25 ਮਿੰਟ ਵਾਸਤੇ ਫਰੀਜ਼ਰ ਦੇ ਵਿੱਚ ਰੱਖ ਸਕਦੇ ਹੋ ਬਰਫ਼ ਵਾਲੇ ਖਾਨੇ ਦੇ ਵਿੱਚ। ਅਤੇ ਅੰਡੇ ਚੈੱਕ ਕਰ ਲੈਣਾ ਤੁਸੀਂ, ਮੇਰੇ ਅੰਡੇ ਸਾਫ਼ ਸੀ, ਮੈਨੂੰ ਯਕੀਨ ਸੀਗਾ ਕਿ ਤਾਜ਼ੇ ਅੰਡੇ ਆ, ਇਸ ਲਈ ਮੈਂ ਦੋਨੇ ਇੱਕ ਹੀ ਬਰਤਨ ਦੇ ਵਿੱਚ ਤੋੜ ਲਏ, ਨਹੀਂ ਤਾਂ ਤੁਸੀਂ ਲੈਦਾ ਲੈਦਾ ਤੋੜ ਕੇ ਅਤੇ ਇਹਨਾਂ ਨੂੰ ਜਿਹੜਾ ਵਾ ਇਹਦੇ ਵਿੱਚ ਸ਼ਾਮਿਲ ਕਰਨਾ ਵਾ। ਦੋ ਅੰਡੇ ਲਏ ਆ ਅਤੇ ਇਹਦੇ ਵਿੱਚ ਆਪਾਂ 50 ਗ੍ਰਾਮ ਜਿਹੜੀ ਚੀਨੀ ਪੀਸ ਕੇ ਗ੍ਰਾਈਂਡਰ ਦੇ ਵਿੱਚ ਪਹਿਲਾਂ ਤੁਸੀਂ ਪੀਸ ਲੈਣੀ ਆ ਅਤੇ ਉਹ ਸ਼ਾਮਿਲ ਕਰਨੀ ਆ। ਅਤੇ ਹੁਣ ਇਹਨੂੰ ਆਪਾਂ ਬੀਟ ਕਰਨਾ ਵਾ, ਇੰਨਾ ਕੁ ਬੀਟ ਕਰਨਾ ਵਾ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਇਹਨਾਂ ਫਲੱਫੀ ਹੋ ਜਾਵੇ। ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ, ਜੇ ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਇਹ ਬੇਸਿਕ ਸਪੰਜ ਕੇਕ ਦੀ ਰੈਸਪੀ ਆ, ਤੁਹਾਨੂੰ ਬਹੁਤ ਹੀ ਪਸੰਦ ਆਏਗੀ ਵੀਡੀਓ। ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਵੀਡੀਓ ਦੇਖਦੇ ਹੀ ਫੌਰਨ ਇਹਨੂੰ ਬਣਾ ਕੇ ਜਿਹੜਾ ਟਰਾਈ ਕਰੋਗੇ, ਕਿਉਂਕਿ ਇਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਚੀਜ਼ਾਂ ਦਾ ਇਸਤੇਮਾਲ ਨਹੀਂ ਕੀਤਾ, ਨਾ ਆਪਾਂ ਇਹਦੇ ਵਿੱਚ ਕੁਕਿੰਗ ਆਇਲ ਦਾ ਇਸਤੇਮਾਲ ਕੀਤਾ ਵਾ, ਨਾ ਆਪਾਂ ਇਹਦੇ ਵਿੱਚ ਦੁੱਧ ਪਾਇਆ ਵਾ, ਅਤੇ ਕੋਈ ਚੀਜ਼ ਐਸੀ ਆਪਾਂ ਪਾਈ ਨਹੀਂ ਇਹਦੇ ਵਿੱਚ ਜਿਹੜੀ ਤੁਹਾਨੂੰ ਬਾਜ਼ਾਰੋਂ ਲੈਣ ਜਾਣੀ ਪਏਗੀ। ਸਾਰੀਆਂ ਆਮ ਜਿਹੀਆਂ ਚੀਜ਼ਾਂ ਘਰ ਦੇ ਵਿੱਚ ਮੌਜੂਦ ਹੁੰਦੀਆਂ ਵਾ, ਮੈਦਾ ਵੀ ਹਰ ਘਰ ਵਿੱਚ ਮੌਜੂਦ ਹੁੰਦਾ ਵਾ, ਚੀਨੀ ਵੀ ਮੌਜੂਦ ਹੁੰਦੀ ਆ, ਅੰਡੇ ਵੀ ਜਿਹੜੇ ਤੁਹਾਨੂੰ ਨਜ਼ਦੀਕ ਕਿਸੇ ਦੁਕਾਨ ਤੋਂ ਮਿਲ ਜਾਣਗੇ। ਅਤੇ ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਤੁਸੀਂ ਬਾਜ਼ਾਰੋਂ ਲੈਣ ਜਾਣੀ ਆ, ਬਸ ਤੁਸੀਂ ਥੋੜ੍ਹਾ ਜਿਹਾ ਟਿਪਸ ਅਤੇ ਟ੍ਰਿਕਸ ਦਾ ਖਿਆਲ ਰੱਖਣਾ ਵਾ। ਅੰਡੇ ਤੁਹਾਡੇ ਠੰਡੇ ਹੋਣੇ ਚਾਹੀਦੇ ਆ, ਚੀਨੀ ਤੁਸੀਂ ਪੀਸ ਕੇ ਲੈ ਲੈਣੀ ਆ। ਅਤੇ ਮੈਂ ਇਲੈਕਟ੍ਰੋਨਿਕ ਬੀਟਰ ਇਸਤੇਮਾਲ ਕਰ ਰਹੀ ਹਾਂ, ਤੁਸੀਂ ਜੇ ਤੁਹਾਡੇ ਕੋਲ ਨਹੀਂ ਹੈਗਾ, ਤੁਸੀਂ ਤੁਹਾਡੇ ਕੋਲ ਹੱਥ ਵਾਲਾ ਬੀਟਰ ਹੈ ਤਾਂ ਤੁਸੀਂ ਉਹਦੇ ਨਾਲ ਵੀ ਇਹ ਕੰਮ ਕਰ ਸਕਦੇ ਹੋ, ਲੇਕਿਨ ਉਹਦੇ ਨਾਲ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਵਾ, ਬਾਜ਼ੂ ਥੱਕ ਜਾਂਦਾ ਵਾ। ਅਤੇ ਜੇ ਤੁਸੀਂ ਉਹ ਵੀ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਹਨੂੰ ਬਲੈਂਡਰ ਜਾਰ ਦੇ ਵਿੱਚ ਵੀ ਥੋੜ੍ਹਾ ਜਿਹਾ ਕਰ ਸਕਦੇ ਹੋ ਬੀਟ 3 ਤੋਂ 4 ਮਿੰਟ ਵਾਸਤੇ, ਅਤੇ ਜ਼ਬਰਦਸਤ ਜਿਹਾ ਤੁਹਾਡਾ ਜਿਹੜਾ ਵਾ ਨਾ ਬੈਟਰ ਤਿਆਰ ਹੋ ਜਾਏਗਾ। ਅਤੇ ਇਹ ਦੇਖੋ ਮਾਸ਼ਾਅੱਲਾ ਇਹਦੀ ਕੰਸਿਸਟੈਂਸੀ ਚੈੱਕ ਕਰ ਲਓ, ਇੰਨੀ ਇਸ ਤਰ੍ਹਾਂ ਦੀ ਕੰਸਿਸਟੈਂਸੀ ਤੁਹਾਡੀ ਵੀ ਹੋਣੀ ਚਾਹੀਦੀ ਆ। ਅਤੇ ਥੋੜ੍ਹਾ ਜਿਹਾ ਆਪਾਂ ਇਹਨੂੰ ਹਜੇ ਹੋਰ ਬੀਟ ਕਰਾਂਗੇ। ਅਤੇ ਦੇਖੋ ਇਹਦੇ ਉੱਪਰ ਪੀਕਸ ਆਉਣ ਲੱਗ ਪਈਆਂ, ਇਹਦਾ ਮਤਲਬ ਆ ਕਿ ਜ਼ਬਰਦਸਤ ਜਿਹਾ ਨਾ ਆਪਣਾ ਜਿਹੜਾ ਚੀਨੀ ਅਤੇ ਅੰਡੇ ਦਾ ਮਿਕਸਚਰ ਜਿਹੜਾ ਵਾ ਬੀਟ ਹੋ ਗਿਆ ਵਾ ਬਹੁਤ ਹੀ ਅੱਛੇ ਤਰੀਕੇ ਦੇ ਨਾਲ। ਜਿੰਨਾ ਅੱਛਾ ਇਹਨੂੰ ਬੀਟ ਕਰੋਗੇ ਉਨਾ ਹੀ ਜ਼ਬਰਦਸਤ ਤੁਹਾਡਾ ਕੇਕ ਜਿਹੜਾ ਬਣੇਗਾ। ਅਤੇ ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਮੈਂ ਬੀਟ ਕਰ ਲਿਆ ਵਾ। ਅਤੇ ਹੁਣ ਇਹਦੇ ਵਿੱਚ 2 ਅੰਡੇ ਲਏ ਸੀਗੇ ਅਤੇ 50 ਗ੍ਰਾਮ ਆਪਾਂ ਚੀਨੀ ਲਈ ਸੀ, ਅਤੇ 50 ਗ੍ਰਾਮ ਹੀ ਇਹਦੇ ਵਿੱਚ ਆਪਾਂ ਮੈਦਾ ਸ਼ਾਮਿਲ ਕਰਾਂਗੇ। ਮੈਦੇ ਨੂੰ ਅੱਛੇ ਤਰੀਕੇ ਨਾਲ ਛਾਣ ਲੈਣਾ ਵਾ। 2 ਤੋਂ 3 ਪਿੰਚ ਤੁਸੀਂ ਜਿਹੜੀਆਂ ਇਹਦੇ ਵਿੱਚ ਬੇਕਿੰਗ ਸੋਡੇ ਦੀਆਂ ਇਸਤੇਮਾਲ ਕਰਨੀਆਂ ਵਾ। ਇਹ ਬੇਕਿੰਗ ਸੋਡਾ ਵਾ ਆਮ ਜਿਹੜਾ ਆਪਾਂ ਚਨਿਆਂ ਵਗੈਰਾ ਨੂੰ ਲਾਈਦਾ ਵਾ, ਉਹੀ ਇਹਨੂੰ ਅੱਛੇ ਤਰੀਕੇ ਦੇ ਨਾਲ ਇਹਨੂੰ ਤੁਸੀਂ ਜਿਹੜਾ ਵਾ ਛਾਣ ਕੇ
ਅਤੇ ਇਹਦੇ ਵਿੱਚ ਸ਼ਾਮਿਲ ਕਰ ਦਿਓ। ਮੈਦਾ ਪਹਿਲੇ ਤੋਂ ਵੀ ਇੱਕ ਤੋਂ ਦੋ ਦੋ ਫਾ ਛਾਣਿਆ ਹੋਇਆ ਸੀਗਾ, ਇਹ ਤੁਸੀਂ ਖਿਆਲ ਰੱਖਣਾ, ਜਿੰਨਾ ਜ਼ਿਆਦਾ ਮੈਦੇ ਨੂੰ ਅੱਛੇ ਤਰੀਕੇ ਨਾਲ ਛਾਣਿਆ ਹੋਏਗਾ ਉਨਾ ਜ਼ਬਰਦਸਤ ਤੁਹਾਡੇ ਕੇਕ ਦੇ ਵਿੱਚ ਨਾ ਜਾਲੀ ਬਣੇਗੀ। ਅਤੇ ਹੁਣ ਇਹਨੂੰ ਆਪਾਂ ਮਿਕਸ ਕਰਾਂਗੇ। ਮਿਕਸ ਕਰਨ ਲੱਗਿਆਂ ਤੁਸੀਂ ਇਹ ਧਿਆਨ ਨਾਲ ਦੇਖਣਾ ਵਾ, ਇਹਨੂੰ ਆਪਾਂ ਇਸ ਤਰੀਕੇ ਨਾਲ ਇਹਦੀ ਫੋਲਡਿੰਗ ਕਰਨੀ ਹੈ ਕਿ ਫੋਲਡ ਕਰਾਂਗੇ, ਫਿਰ ਦਰਮਿਆਨ 'ਚੋਂ ਕੱਟ ਕਰਾਂਗੇ, ਫਿਰ ਇਹਨੂੰ ਫੋਲਡ ਕਰਾਂਗੇ, ਫਿਰ ਦਰਮਿਆਨ 'ਚੋਂ ਕੱਟ ਕਰਾਂਗੇ। ਦੋਨਾਂ ਤਰਫ ਨੂੰ ਆਪਾਂ ਇਹਨੂੰ ਕਦੀ ਵੀ ਇਹਨੂੰ ਫੋਲਡ ਨਹੀਂ ਕਰਾਂਗੇ, ਇੱਕ ਤਰਫ ਹੀ ਤੁਸੀਂ ਇਹਨੂੰ ਫੋਲਡ ਕਰਨਾ ਵਾ ਕੱਟ ਐਂਡ ਫੋਲਡ ਦੇ ਮੈਥਡ ਦੇ ਨਾਲ। ਅੱਛੇ ਤਰੀਕੇ ਨਾਲ ਦੇਖ ਲਓ ਤਾਂ ਕਿ ਤੁਹਾਡਾ ਕੇਕ ਜਿਹੜਾ ਵਾ ਬਿਲਕੁਲ ਹੀ ਜ਼ਬਰਦਸਤ ਜਿਹਾ ਬਣੇ, ਅਤੇ ਤੁਹਾਨੂੰ ਵੀ ਹਰ ਜਿਹੜਾ ਖਾਣ ਵਾਲਾ ਤੁਹਾਡੀ ਤਾਰੀਫ ਕਰੇ, ਅਤੇ ਰੋਜ਼ ਤੁਹਾਨੂੰ ਫਰਮਾਇਸ਼ ਹੋਏਗੀ ਕੇਕ ਬਣਾਉਣ ਦੀ। ਇਹ ਕੇਕ ਬਹੁਤ ਹੀ ਜਲਦੀ ਬਣ ਵੀ ਜਾਂਦਾ ਵਾ ਅਤੇ ਬੇਕ ਵੀ ਬਹੁਤ ਜ਼ਬਰਦਸਤ ਜਿਹਾ ਬਹੁਤ ਹੀ ਜਲਦੀ ਹੋ ਜਾਂਦਾ ਵਾ। ਤੁਸੀਂ ਘਰ ਦੇ ਵਿੱਚ ਬੱਚਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਨਾ, ਅਤੇ ਜਲਦੀ ਦੇ ਨਾਲ ਤੁਸੀਂ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ। ਕੋਈ ਇਹ 'ਤੇ ਮਿਹਨਤ ਨਹੀਂ ਹੋਣ ਵਾਲੀ, ਕੋਈ ਇਹਦੇ ਉੱਪਰ ਖਰਚਾ ਨਹੀਂ ਹੋਣ ਵਾਲਾ, ਕਿਉਂਕਿ ਜਦੋਂ ਆਪਾਂ ਕੁਕਿੰਗ ਆਇਲ ਅਤੇ ਦੁੱਧ ਵਗੈਰਾ ਦਾ ਇਸਤੇਮਾਲ ਕਰੀਦਾ, ਕੁਕਿੰਗ ਆਇਲ ਜਿਹੜੀ ਆ ਸਭ ਤੋਂ ਮਹਿੰਗੀ ਆਈਟਮ ਆ ਇਹਦੇ ਵਿੱਚ ਜਿਹੜੀ ਸ਼ਾਮਿਲ ਕੀਤੀ ਜਾਂਦੀ ਆ, ਔਰ ਉਹ ਕੇਕ ਫਿਰ ਵੀ ਇਸ ਤਰੀਕੇ ਦਾ ਨਹੀਂ ਬਣਦਾ, ਇੰਨਾ ਮਜ਼ੇ ਦਾ ਨਹੀਂ ਬਣਦਾ ਜਿੰਨਾ ਇਹ ਮਜ਼ੇ ਦਾ ਬਣੇਗਾ ਬਗੈਰ ਕੁਕਿੰਗ ਆਇਲ ਦੇ, ਬਗੈਰ ਕਿਸੇ ਦੁੱਧ ਵਗੈਰਾ ਤੋਂ। ਅਤੇ ਦੇਖੋ ਅੱਛੇ ਤਰੀਕੇ ਨਾਲ ਆਪਾਂ ਫੋਲਡ ਕਰ ਲਿਆ, ਸਿਰਫ ਦੋ ਦਫ਼ਾ ਤੁਸੀਂ ਇਹਨੂੰ ਟੈਪ ਕਰਨਾ ਵਾ ਤਾਂ ਕਿ ਇਹਦੇ ਵਿੱਚੋਂ ਬਬਲਸ ਵਗੈਰਾ ਨਿਕਲ ਜਾਣ, ਹਵਾ ਦੇ ਜੇ ਕੋਈ ਹੋਏ। ਅਤੇ ਜੇ ਤੁਸੀਂ ਜ਼ਿਆਦਾ ਟੈਪ ਕਰੋਗੇ ਉਹਦੇ ਨਾਲ ਤੁਹਾਡਾ ਕੇਕ ਫੁੱਲੇਗਾ ਨਹੀਂ, ਕੇਕ ਤੁਹਾਡਾ ਬਿਲਕੁਲ ਬੈਠ ਜਾਏਗਾ। ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਵਾ, ਬਹੁਤ ਜ਼ਿਆਦਾ ਟੈਪ 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 ਨਹੀਂ ਕਰੀ ਜਾਣਾ, ਸਿਰਫ ਦੋ ਦਫ਼ਾ ਟੈਪ ਕਰਨਾ ਵਾ। ਅਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਥੋੜ੍ਹਾ ਪ੍ਰੀ ਹੀਟ ਕੀਤਾ ਹੋਇਆ ਬਰਤਨ ਆ ਉਹਦੇ ਵਿੱਚ ਇਹਨੂੰ ਰੱਖ ਦੇਣਾ ਵਾ, ਅਤੇ ਬਰਤਨ ਨੂੰ ਜਿਹੜਾ ਏਅਰ ਟਾਈਟ ਕਰਨ ਵਾਸਤੇ ਇਹਨੂੰ ਆਟੇ ਦੇ ਨਾਲ ਜਾਂ ਮੈਦੇ ਦੇ ਨਾਲ ਤੁਸੀਂ ਉਹਦੀ ਡੋ ਬਣਾ ਕੇ ਅਤੇ ਇਹਨੂੰ ਸਾਈਡਾਂ ਤੋਂ ਕਵਰ ਕਰ ਦਿਉ ਅੱਛੇ ਤਰੀਕੇ ਨਾਲ। ਕੋਸ਼ਿਸ਼ ਕਰੀਓ ਕਿ ਤੁਸੀਂ ਸ਼ੀਸ਼ੇ ਵਾਲਾ ਢੱਕਣ ਇਸਤੇਮਾਲ ਕਰਿਆ ਕਰੋ, ਜੇ ਤੁਹਾਡੇ ਕੋਲ ਨਹੀਂ ਹੈਗਾ ਸ਼ੀਸ਼ੇ ਵਾਲਾ ਢੱਕਣ ਤਾਂ ਫਿਰ ਤੁਸੀਂ ਦੂਸਰਾ ਢੱਕਣ ਵੀ ਇਸਤੇਮਾਲ ਕਰ ਸਕਦੇ ਹੋ। ਸ਼ੀਸ਼ੇ ਵਾਲਾ ਢੱਕਣ ਇਸਤੇਮਾਲ ਕਰਨ ਦਾ ਫਾਇਦਾ ਹੈ ਵਾ ਕਿ ਤੁਹਾਨੂੰ ਬਾਹਰੋਂ ਇਹਦੀ ਲੁੱਕ ਨਜ਼ਰ ਆਉਂਦੀ ਰਹਿੰਦੀ ਆ ਅਤੇ ਤੁਹਾਡਾ ਕੇਕ ਜਿਹੜਾ ਵਾ ਜਲਨ ਤੋਂ ਬਚ ਜਾਂਦਾ ਵਾ, ਠੀਕ ਹੈ। ਅਤੇ ਕਿਉਂਕਿ ਚੁੱਲ੍ਹੇ ਦਾ ਫਲੇਮ ਜਿਹੜਾ ਵਾ ਤੁਹਾਨੂੰ ਦੱਸ ਦਈਏ 25 ਮਿੰਟ ਲੱਗਣਗੇ, 30 ਮਿੰਟ ਲੱਗਣਗੇ, 1 ਘੰਟਾ ਲੱਗੇਗਾ, ਉਹ ਸਾਰਾ ਹਰ ਚੁੱਲ੍ਹੇ ਦੇ ਫਲੇਮ ਦਾ ਹੀਟ ਦਾ ਹਿਸਾਬ ਹੁੰਦਾ ਵਾ। ਅਤੇ ਬਸ ਅੰਦਾਜ਼ੇ ਵਾਸਤੇ ਟਾਈਮ ਤੁਹਾਨੂੰ ਦੱਸਿਆ ਜਾਂਦਾ ਵਾ ਕਿ ਤੁਸੀਂ ਇਹਦੀ ਲੁੱਕ ਜਿਹੜੀ ਆ ਇੱਥੋਂ ਸ਼ੀਸ਼ੇ ਵਿੱਚੋਂ ਦੀ ਚੈੱਕ ਕਰ ਸਕਦੇ ਹੋ। ਉੱਪਰ ਜਿਹੜਾ ਇਹਦੇ ਛੋਟਾ ਜਿਹਾ ਹੋਲ ਹੁੰਦਾ ਵਾ ਉਹਨੂੰ ਤੁਸੀਂ ਆਟੇ ਦੇ ਨਾਲ ਬੰਦ ਕਰ ਦੇਣਾ ਵਾ ਤਾਂ ਕਿ ਬਿਲਕੁਲ ਇਹ ਟਾਈਟ ਹੋ ਜਾਵੇ ਅਤੇ ਤੁਹਾਡਾ ਕੇਕ ਜਿਹੜਾ ਵਾ ਅੱਛੇ ਤਰੀਕੇ ਨਾਲ ਬੇਕ ਹੋਵੇ। ਜੇ ਤੁਸੀਂ ਬਾਰ ਬਾਰ ਢੱਕਣ ਚੁੱਕ ਕੇ ਕੇਕ ਨੂੰ ਚੈੱਕ ਕਰਦੇ ਹੋ ਕਿ ਕੇਕ ਬੇਕ ਹੋਇਆ ਜਾਂ ਨਹੀਂ, ਉਹਦੇ ਨਾਲ ਵੀ ਜਿਹੜਾ ਵਾ ਕੇਕ ਜਿਹੜਾ ਬੈਠ ਜਾਂਦਾ ਵਾ, ਕੇਕ ਅੱਛੇ ਤਰੀਕੇ ਦੇ ਨਾਲ ਫੁੱਲਦਾ ਨਹੀਂ, ਸਪੰਜ ਅੱਛੇ ਤਰੀਕੇ ਨਾਲ ਖਿਲ ਕੇ ਨਹੀਂ ਨਿਕਲਦਾ। ਅਤੇ ਇਹਨਾਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਵਾ। ਅਤੇ ਮਾਸ਼ਾਅੱਲਾ ਜ਼ਬਰਦਸਤ ਜਿਹਾ ਕੇਕ ਆਪਣਾ ਬੇਕ ਹੋ ਰਿਹਾ ਵਾ, ਤਕਰੀਬਨ 25 ਤੋਂ 30 ਮਿੰਟ ਲੱਗੇ ਸੀਗੇ ਅਤੇ ਕੇਕ ਜਿਹੜਾ ਵਾ ਜ਼ਬਰਦਸਤ ਜਿਹਾ ਬੇਕ ਹੋ ਗਿਆ। ਜੇ ਤੁਹਾਡਾ ਚੁੱਲ੍ਹੇ ਦਾ ਫਲੇਮ ਜਿਹੜਾ ਇੰਨਾ ਵਾ ਕਿ ਦਮ ਵਾਲੇ ਫਲੇਮ ਤੋਂ ਵੀ ਜਦੋਂ ਤੁਸੀਂ ਰੱਖੋ ਤਾਂ ਉਹ ਵੀ ਅੱਗ ਜ਼ਿਆਦਾ ਹੁੰਦੀ ਹੈ, ਅਤੇ ਫਿਰ ਤੁਸੀਂ ਕੀ ਕਰਨਾ ਵਾ ਬਰਤਨ ਦੇ ਨੀਚੇ ਇੱਕ ਤਵਾ ਰੱਖ ਲਈਓ ਤਾਂ ਕਿ ਬਹੁਤ ਜ਼ਿਆਦਾ ਹੀਟ ਜਿਹੜੀ ਨਾ ਫੌਰੀ ਫੌਰੀ ਇਹਨੂੰ ਨਾ ਲੱਗੇ। ਅਤੇ ਹੁਣ ਆਪਾਂ ਛੋਟਾ ਹੋਲ ਜਿਹੜਾ ਖੋਲ੍ਹ ਕੇ ਅਤੇ ਉਹਦੇ ਵਿੱਚ ਇੱਕ ਸਟਿੱਕ ਇੰਸਰਟ ਕਰਕੇ ਚੈੱਕ ਕਰ ਲੈਂਦੇ ਹਾਂ। ਜੇ ਤਾਂ ਬਿਲਕੁਲ ਸੁੱਕੀ ਨਿਕਲੀ ਤਾਂ ਸਮਝ ਲਓ ਆਪਣਾ ਕੇਕ ਬਿਲਕੁਲ ਤਿਆਰ ਆ। ਇਹ ਦੇਖੋ ਬਿਲਕੁਲ ਵੀ ਚਿਪਕ ਨਹੀਂ ਰਹੀ ਅਤੇ ਬਿਲਕੁਲ ਖੁਸ਼ਕ ਸਟਿੱਕ ਆਪਣੀ ਨਿਕਲੀ ਆ, ਅਤੇ ਇਹਦਾ ਮਤਲਬ ਆ ਕੇਕ ਆਪਣਾ ਤਿਆਰ ਹੋ ਗਿਆ। ਫਲੇਮ ਆਪਾਂ ਬੰਦ ਕਰ ਦਿਆਂਗੇ ਅਤੇ ਉਸ ਤੋਂ ਬਾਅਦ ਜਿਹੜਾ ਵਾ ਨਾ ਆਪਾਂ ਇਹਨੂੰ ਫਲੇਮ ਬੰਦ ਕਰਨ ਤੋਂ ਬਾਅਦ ਇਹਦਾ ਜਿਹੜਾ ਆਟਾ ਵਗੈਰਾ ਉਤਾਰਾਂਗੇ, ਲੇਕਿਨ ਉਹ ਉਦੋਂ ਉਤਾਰਾਂਗੇ ਜੋ ਥੋੜ੍ਹਾ ਜਿਹਾ ਠੰਡਾ ਹੋ ਜਾਏਗਾ, ਕਿਉਂਕਿ ਜੇ ਤੁਸੀਂ ਗਰਮ ਗਰਮ ਆਟਾ ਉਤਾਰਨ ਦੀ ਕੋਸ਼ਿਸ਼ ਕਰੋਗੇ, ਢੱਕਣ ਨੂੰ ਕੱਢਣ ਦੀ ਕੋਸ਼ਿਸ਼ ਕਰੋਗੇ ਅਤੇ ਹੱਥ ਵੀ ਜਲ ਸਕਦਾ ਕਿਉਂਕਿ ਅੰਦਰੋਂ ਇੱਕਦਮ ਸਟੀਮ ਨਿਕਲੇਗੀ। ਅਤੇ ਇਹ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜਿਹਾ ਕੇਕ ਆਪਣਾ ਤਿਆਰ ਹੋ ਗਿਆ ਵਾ। ਜੇ ਤੁਸੀਂ ਚਾਹੁੰਦੇ ਹੋ ਕਿ ਉੱਪਰ ਵਾਲੀ ਸਾਈਡ ਤੋਂ ਵੀ ਤੁਸੀਂ ਇਹਦਾ ਕਲਰ ਜਿਹੜਾ ਡਾਰਕ ਕਰਨਾ ਵਾ, ਫਿਰ ਤੁਸੀਂ ਕੀ ਕਰੋਗੇ, ਨੀਚੇ ਫਲੇਮ ਬੰਦ ਕਰ ਦਿਓਗੇ, ਫਿਰ ਕੋਈ ਪੁਰਾਣਾ ਤਵਾ ਵਗੈਰਾ ਲੈ ਕੇ ਉਹਦੇ ਉੱਪਰ ਕਾਫੀ ਸਾਰੇ ਕੋਇਲੇ ਰੱਖ ਕੇ ਨਾ ਤੁਸੀਂ, ਅਤੇ ਉਹਨੂੰ ਜਿਹੜਾ ਵਾ ਕੋਇਲੇ ਅੱਛੇ ਤਰੀਕੇ ਨਾਲ ਸੁਲਗੇ ਹੋਏ ਹੋਣੇ ਚਾਹੀਦੇ ਆ, 4 ਤੋਂ 5 ਮਿੰਟ ਵਾਸਤੇ ਇਸ ਬਰਤਨ ਦੇ ਉੱਪਰ ਤੁਸੀਂ ਉਹਨੂੰ ਰੱਖ ਦਿਓ।
ਅਤੇ ਤਾਂ ਕਿ ਉੱਪਰ ਵਾਲੀ ਸਾਈਡ ਜਿਹੜੀ ਆ ਉਹ ਵੀ, ਕਿਉਂਕਿ ਆਪਾਂ ਜਦੋਂ ਓਵਨ ਦੇ ਵਿੱਚ ਬੇਕ ਕਰਦੇ ਹਾਂ ਤਾਂ ਉਦੋਂ ਉੱਪਰ ਵਾਲੀ ਸਾਈਡ ਵੀ ਥੋੜ੍ਹੀ ਬਰਾਊਨ ਹੋਈ ਹੁੰਦੀ ਆ, ਅਤੇ ਇਸ ਲਈ ਜੇ ਤੁਸੀਂ ਬਿਲਕੁਲ ਓਵਨ ਵਾਲਾ ਜਿਹੜਾ ਇਹਦੀ ਲੁੱਕ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਕਿ ਪੁਰਾਣੀ ਪਲੇਟ ਲੈ ਲਓ ਜਾਂ ਪੁਰਾਣਾ ਤਵਾ ਕੋਈ ਲੈ ਕੇ ਉਹਦੇ ਉੱਪਰ ਕੋਈਲੇ ਜਲਾ ਕੇ ਜਿਹਦੇ ਉੱਪਰ ਰੱਖ ਦਿਓ ਥੋੜ੍ਹੀ ਦੇਰ ਵਾਸਤੇ। ਲੇਕਿਨ ਇਹ ਕੰਮ ਤੁਸੀਂ ਅਹਤਿਆਤ ਨਾਲ ਕਰਨਾ ਵਾ, ਕੇਕ ਬਣਾਉਂਦੇ ਬਣਾਉਂਦੇ ਖੁਦ ਨਹੀਂ ਜਲ ਜਾਣਾ, ਅਤੇ ਬਰਤਨ ਆਪਣਾ ਬਿਲਕੁਲ ਅੱਛੇ ਤਰੀਕੇ ਨਾਲ ਠੰਡਾ ਹੋ ਗਿਆ ਵਾ। ਹੁਣ ਇਹਨੂੰ ਆਪਾਂ ਇਹ ਦੇਖੋ ਸਾਈਡਾਂ ਇਹਦੀਆਂ ਛੁਡਾਵਾਂਗੇ ਪਹਿਲੇ ਛੁਰੀ ਦੇ ਨਾਲ, ਅਤੇ ਫਿਰ ਇਹਨੂੰ ਆਪਾਂ ਡੀਮੋਲਡ ਕਰਾਂਗੇ। ਬਹੁਤ ਹੀ ਜ਼ਬਰਦਸਤ ਜਿਹਾ, ਫਲੱਫੀ ਜਿਹਾ, ਬਹੁਤ ਹੀ ਸਪੰਜੀ ਕੇਕ ਬਣ ਕੇ ਆਪਣਾ ਤਿਆਰ ਹੋਇਆ। ਬਿਲਕੁਲ ਵੇਟਲੈਸ, ਜਿਸ ਤਰ੍ਹਾਂ ਮਾਰਕੀਟ ਤੋਂ ਤੁਸੀਂ ਕੇਕ ਲੈ ਕੇ ਆਉਂਦੇ ਹੋ ਸੇਮ ਉਹੀ ਚੀਜ਼ ਬਣੀ ਆ। ਲੇਕਿਨ ਮੈਂ ਇਹਨੂੰ ਜਿਹੜਾ ਵਾ ਹਜੇ ਕਰੀਮ ਵਗੈਰਾ ਲਾ ਕੇ ਇਹਨੂੰ ਰੈਡੀ ਨਹੀਂ ਕੀਤਾ, ਸਿਰਫ ਬੇਸਿਕ ਸਪੰਜ ਕੇਕ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਆ। ਤੁਸੀਂ ਇਹਨੂੰ ਬਾਕੀ ਆਪਣੇ ਜਿਹੜਾ ਹਿਸਾਬ ਦੇ ਨਾਲ, ਜਿਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਡੈਕੋਰੇਟ ਕਰਨਾ ਚਾਹੋ ਕਰੀਮ ਵਗੈਰਾ ਦੇ ਨਾਲ, ਅਤੇ ਉਹ ਤੁਸੀਂ ਕਰ ਸਕਦੇ ਹੋ। ਦੇਖੋ ਮਾਸ਼ਾਅੱਲਾ ਮਾਸ਼ਾਅੱਲਾ, ਜ਼ਬਰਦਸਤ ਜਿਹਾ ਕੇਕ ਆਪਣਾ ਤਿਆਰ ਹੋ ਗਿਆ। ਦੀ ਲੁੱਕ ਤੁਹਾਨੂੰ ਦੱਸ ਰਹੀ ਹੋਏਗੀ ਕਿ ਕਿੰਨਾ ਜ਼ਬਰਦਸਤ ਬਣਿਆ ਅਤੇ ਕਿੰਨਾ ਮਜ਼ੇਦਾਰ ਬਣਿਆ। ਦੇਖਣ ਨੂੰ ਜਿੰਨਾ ਖੂਬਸੂਰਤ ਲੱਗ ਰਿਹਾ ਉਸ ਤੋਂ ਜ਼ਿਆਦਾ ਮਜ਼ੇਦਾਰ ਵੀ ਬਣਿਆ ਹੈ। ਅਤੇ ਇਹਨੂੰ ਕੱਟਣ ਦਾ ਤਰੀਕਾ ਤੁਹਾਨੂੰ ਹੁਣ ਦੱਸਾਂਗੇ ਕਿ ਕਿਉਂਕਿ ਜਾਂ ਤਾਂ ਤੁਸੀਂ ਇਹਨੂੰ ਛੁਰੀ ਨਾਲ ਵੀ ਕੱਟ ਸਕਦੇ ਹੋ। ਅਤੇ ਇਹ ਦੇਖੋ ਮੈਂ ਨਾ ਦੋ ਕੇਕ ਬਣਾਏ ਸੀਗੇ, ਅਤੇ ਦੂਸਰੇ ਕੇਕ ਦੀ ਵੀ ਲੁੱਕ ਤੁਹਾਨੂੰ ਦਿਖਾ ਦਈਏ। ਉਹ ਮੋਲ ਵਿੱਚ ਬਣਾਇਆ ਸੀ ਅਤੇ ਦੂਸਰਾ ਘਰ ਦੇ ਬਰਤਨ 'ਚ ਬਣਾਇਆ ਸੀ। ਘਰ ਦੇ ਬਰਤਨ ਵਾਲਾ ਫੁੱਲ ਮੈਥਡ ਤੁਹਾਨੂੰ ਇਸ ਲਈ ਦੱਸਿਆ ਤਾਂ ਕਿ ਤੁਸੀਂ ਇਸ ਚੀਜ਼ ਨੂੰ ਨਾ ਦੇਖੋ ਕਿ ਸਾਡੇ ਕੋਲ ਮੋਲ ਨਹੀਂ ਹੈਗਾ ਤਾਂ ਸ਼ਾਇਦ ਕੇਕ ਨਹੀਂ ਬਣੇਗਾ। ਬਸ ਘਰ ਦਾ ਬਰਤਨ ਤੁਸੀਂ ਇਹ ਖਿਆਲ ਕਰਨਾ ਪਲਾਸਟਿਕ ਦਾ ਨਹੀਂ ਹੋਣਾ ਚਾਹੀਦਾ, ਸਟੀਲ ਦਾ ਜਾਂ ਸਿਲਵਰ ਦਾ ਜਿਹੜਾ ਬਰਤਨ ਮਰਜ਼ੀ ਤੁਸੀਂ ਲੈ ਲਓ। ਅਤੇ ਦੇਖੋ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਅਤੇ ਕਿੰਨਾ ਸੌਫਟ ਸਪੰਜੀ ਕੇਕ ਆਪਣਾ ਬਣ ਕੇ ਤਿਆਰ ਹੋਇਆ ਵਾ। ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਕਿੰਨਾ ਜਾਲੀਦਾਰ ਆ, ਬਾਹਰੋਂ ਵੀ ਜਾਲੀਦਾਰ ਲੱਗ ਰਿਹਾ। ਤੁਸੀਂ ਇਹਨੂੰ ਛੁਰੀ ਦੇ ਨਾਲ ਵੀ ਕੱਟ ਸਕਦੇ ਹੋ, ਲੇਕਿਨ ਤੁਹਾਨੂੰ ਅੱਜ ਤਰੀਕਾ ਦੱਸਾਂਗੀ ਇਹਨੂੰ ਧਾਗੇ ਦੇ ਨਾਲ ਕੱਟਣ ਦਾ, ਤਾਂ ਕਿ ਤੁਹਾਡਾ ਕੇਕ ਜਿਹਾ ਜ਼ਬਰਦਸਤ ਜਿਹਾ ਈਵਨਲੀ ਕੱਟ ਹੋ ਜਾਵੇ। ਅਤੇ ਈਵਨਲੀ ਇਹਨੂੰ ਆਪਾਂ ਕੱਟਣ ਵਾਸਤੇ ਧਾਗਾ ਲਵਾਂਗੇ, ਅਤੇ ਧਾਗੇ ਦੇ ਨਾਲ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸਿਰਫ ਧਾਗੇ ਨੂੰ ਤੁਸੀਂ ਇਹਦੀਆਂ ਸਾਈਡਾਂ 'ਤੇ ਲਪੇਟਣਾ ਵਾ, ਅਤੇ ਉਹਦੇ ਲਈ ਸਾਈਡ ਤੋਂ ਤੁਸੀਂ ਚਾਹੋ ਤਾਂ ਦੂਸਰੀ ਸਾਈਡ ਤੁਹਾਨੂੰ ਗਿਰਾ ਦੇ ਲਓ ਜਾਂ ਵੈਸੇ ਇਹਨੂੰ ਕ੍ਰਾਸ ਕਰਕੇ, ਅਤੇ ਇਸ ਤਰ੍ਹਾਂ ਧਾਗੇ ਨੂੰ ਤੁਸੀਂ ਬਾਹਰ ਕੱਢ ਲਓ। ਅਤੇ ਇਹ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜਿਹਾ ਕੇਕ ਆਪਣਾ ਜਿਹੜਾ ਵਾ ਕੱਟ ਵੀ ਹੋ ਗਿਆ। ਦੇਖੋ ਤੁਸੀਂ ਇਹਦੀ ਜਾਲੀ ਚੈੱਕ ਕਰੋ, ਦੇਖੋ ਮਾਸ਼ਾਅੱਲਾ ਕਿੰਨਾ ਸੌਫਟ ਆ, ਅਤੇ ਤੁਹਾਨੂੰ ਦੇਖਣ ਨੂੰ ਵੀ ਪਤਾ ਚੱਲ ਰਿਹਾ ਹੋਵੇਗਾ ਕਿ ਬਹੁਤ ਹੀ ਜ਼ਬਰਦਸਤ ਜਿਹਾ ਕੇਕ ਬਣ ਕੇ ਤਿਆਰ ਹੋਇਆ ਵਾ। ਇਹ ਦੂਸਰਾ ਕੇਕ ਜਿਹੜਾ ਵਾ ਇਹ ਵੀ ਸੇਮ ਉਸੇ ਤਰੀਕੇ ਦੇ ਨਾਲ ਬਣਿਆ। ਦੇਖ ਲਓ ਦੋਨਾਂ ਮੋਲ ਦੇ ਵਿੱਚ ਬਣਾਇਆ ਜਾਂ ਘਰ ਵਾਲੇ ਬਰਤਨ 'ਚ ਸੇਮ ਰਿਜ਼ਲਟ ਆਇਆ ਵਾ, ਸੇਮ ਕੇਕ ਦੋਨੀ ਬਣਿਆ। ਇਹ ਨਹੀਂ ਹੋਇਆ ਕਿ ਕੇਕ ਦੀ ਲੁੱਕ ਹੋਰ ਵਾ ਜਾਂ ਇੱਕ ਦੀ ਹੋਰ ਆ, ਇਹ ਕਿਉਂ ਹੋਇਆ ਕਿ ਆਪਾਂ ਬਿਲਕੁਲ ਜਿਹੜਾ ਨਾ ਪੂਰੀ ਮੇਜਰਮੈਂਟ ਕੀਤੀ ਆ। ਮੇਜਰਮੈਂਟ ਦਾ ਤੁਸੀਂ ਖਿਆਲ ਰੱਖਣਾ ਵਾ, ਅੰਡੇ ਤੁਹਾਡੇ ਠੰਡੇ ਹੋਣੇ ਚਾਹੀਦੇ ਆ। ਇੱਕ ਅੰਡਾ 25 ਗ੍ਰਾਮ ਦਾ ਹੁੰਦਾ ਵਾ, ਇੱਕ ਅੰਡੇ ਦੇ ਵਿੱਚ ਤੁਸੀਂ 25 ਗ੍ਰਾਮ ਮੈਦਾ ਅਤੇ 25 ਗ੍ਰਾਮ ਚੀਨੀ ਪਾਓ, ਤੁਹਾਡਾ ਕੇਕ ਜਿਹੜਾ ਪਰਫੈਕਟ ਬਣੇਗਾ। ਜ਼ਿਆਦਾ ਅੰਡਿਆਂ ਦਾ ਬਣਾਉਣਾ ਤਾਂ ਉਸ ਹਿਸਾਬ ਨਾਲ ਚੀਨੀ ਅਤੇ ਕੇਕ ਜਿਹੜਾ ਮੈਦਾ ਵਾ ਉਹਨੂੰ ਤੁਸੀਂ ਪਲੱਸ ਮਾਈਨਸ ਕਰ ਲਓ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਅੱਲਾ ਹਾਫਿਜ਼।